ਉਹ ਜ਼ਾਲਮਾ ਤੂੰ 7 ਦਿਨ ਦੀ ਬੱਚੀ ਨੂੰ 5 ਫੈਰ ਮਾਰੇ ਨੇ, ਤੂੰ ਮਰ ਨਹੀਂ ਗਿਆ, ਜ਼ਮੀਨ ਫਟ ਨਹੀਂ ਗਈ, ਤੈਨੂੰ ਮੌਤ ਕਿਉਂ ਨਹੀਂ ਆ ਗਈ? ਉਹ ਜ਼ਾਲਮਾ ਤੈਨੂੰ ਧੀ ਨਹੀਂ ਚੰਗੀ ਲੱਗਦਾ, ਸਪੀਕਰ ਖੋਲ ਕੇ ਮਸੀਤੇ ਐਲਾਨ ਕਰਦਾ ਮੈਨੂੰ ਧੀ ਨਹੀਂ ਚਾਹੀਦੀ, ਕੋਈ ਜ਼ਰੂਰਤਮੰਦ ਆ ਕੇ ਲੈ ਜਾਂਦਾ, ਤੂੰ ਇੱਕ ਧੀ ਲੈ ਕੇ ਗਿਆ, ਤੇਰੇ ਬੂਹੇ ਤੇ ਲੱਖਾਂ ਲੋਕਾਂ ਦੀਆਂ ਲਾਲਾਂ ਲੱਗ ਜਾਂਦੀਆਂ ਕਿ ਸਾਡੀ ਝੋਲੀ ਚ ਪਾ ਦੇ। ਔਰ ਜਿਸ ਘਰ ਦੇ ਅੰਦਰ ਧੀ ਹੋਵੇ ਉੱਥੇ ਤੇ ਕਦੀ ਰੱਬ ਫਾਕੇ ਨਹੀਂ ਆਉਣ ਦਿੰਦਾ, ਉੱਥੇ ਗੁਰਬਤ ਨਹੀਂ ਆਉਣ ਦਿੰਦਾ। ਅਗਲੇ ਦਿਨ ਆ ਜੁਮੇ ਵਾਲੇ ਦਿਨ ARY ਦੇ ਉੱਤੇ 7:03 ਦੇ ਉੱਤੇ ਸਰੇਆਮ ਦੇ ਨਾਮ ਤੇ ਇੱਕ ਪ੍ਰੋਗਰਾਮ ਲੱਗਦਾ ਹੈ। ਉਹਨਾਂ ਕਰਾਚੀ ਦੇ ਅੰਦਰ ਇੱਕ ਔਰਤ ਨੂੰ ਅਗਲੇ ਦਿਨ ਛੁਡਾਇਆ, ਬਾਜ਼ਯਾਬ ਸੰਗਲਾ ਦੇ ਅੰਦਰ ਉਸ ਔਰਤ ਦੀ ਟਿੰਡ ਕਰ ਦਿੱਤੀ ਗਈ, ਉਸ ਔਰਤ ਦੇ ਸਿਰ ਦੇ ਬਾਲ ਉਤਾਰ ਦਿੱਤੇ ਗਏ ਤੇ ਜਿਸਮ ਸਾਰਾ ਜ਼ਖਮੀ ਹੈ, ਉਹਦੇ ਜਿਸਮ ਦੀ ਹੱਡੀਆਂ ਮਾਰ ਮਾਰ ਕੇ ਤੋੜ ਦਿੱਤੀਆਂ ਗਈਆਂ। ਉਹ ਕਹਿੰਦੀ ਮੈਨੂੰ ਕੋਈ ਮਲਮ ਲਾ ਦਿਓ, ਕੋਈ ਦਵਾਈ ਲਾ ਦਿਓ। 500 ਵਾਰ ਦਾ ਬਲਬ ਬਾਲ ਕੇ ਜ਼ਾਲਮ ਉਸ ਔਰਤ ਦੀ ਹੱਡੀਆਂ ਤੇ ਲਾ ਰਹੇ ਨੇ, ਉਹਦਾ ਕਸੂਰ ਕੀ ਹੈ? ਇਹਨੇ ਯੱਕੇ ਬਾਦੀਗਰ 4 ਧੀਆਂ ਨੂੰ ਜਨਮ ਦਿੱਤਾ ਹੈ। ਤੇ ਨਬੀ ਪਾਕ ਨੇ ਕੀ ਫਰਮਾਇਆ ਸੁਣੀਏ ਜ਼ਰਾ, ਜੱਗਾਂ ਦੇ ਪੀਰ ਅਲੀ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਅੱਲਾ ਨੂੰ ਪਸੰਦ ਆ ਜਾਏ, ਅੱਲਾ ਉਸ ਬੰਦੇ ਉੱਤੇ ਰਹਿਮਤ ਦੀ ਬਾਰਿਸ਼ ਬਰਸਾ ਦਿੰਦੇ ਨੇ। ਫਿਰ ਕਹਿ ਦਿਓ ਸੁਭਾਨ ਅੱਲਾ। ਇਹ ਵਾਰ ਵਾਰ ਸੁਭਾਨ ਅੱਲਾ ਕਹਿਣ ਵਾਲੀ ਆ, ਦੋ ਤਿੰਨ ਗੱਲਾਂ ਨੇ ਸੁਣਿਆ ਜ਼ਰਾ, ਇੱਕੋ ਥੋੜੀ ਘਟਾ ਦਿਓ ਜ਼ਰਾ, ਨਵਾਜ਼ ਖੋਲੋ ਜ਼ਰਾ। ਜੱਗਾਂ ਦੇ ਪੀਰ ਅਲੀ ਸਲਾਮ ਨੇ ਫਰਮਾਇਆ, ਜਿਸ ਬੰਦੇ ਨਾਲ ਅੱਲਾ ਪਿਆਰ ਕਰਦੇ ਨੇ, ਅੱਲਾ ਉਹਦੇ ਉੱਤੇ ਰਹਿਮਤ ਦੀ ਬਾਰਿਸ਼ ਪਾ ਦਿੰਦੇ ਨੇ। ਜੇ ਹੋਰ ਅੱਲਾ ਨੂੰ ਪਿਆਰਾ ਲੱਗਦਾ, ਅੱਲਾ ਉਹਦੇ ਘਰ ਦੇ ਅੰਦਰ ਮਹਿਮਾਨ ਭੇਜ ਦਿੰਦੇ ਨੇ। ਅਗਰ ਹੋਰ ਅੱਲਾ ਨੂੰ ਪਿਆਰਾ ਲੱਗੇ, ਅੱਲਾ ਉਸ ਬੰਦੇ ਨੂੰ ਪਿਆਰੀ ਜੀ ਬੇਟੀ ਅਤਾ ਕਰ ਦਿੰਦੇ ਨੇ, ਧੀ ਰੱਬ ਦਿੰਦੇ ਨੇ। ਔਰ ਇਹ ਬੇਟੀਆਂ ਕੋਲੋਂ ਨਫ਼ਰਤ ਕਰਨਾ, ਅੱਲਾ ਫਰਮਾਉਂਦੇ ਨੇ ਵਾ ਇਜ਼ਾ ਬੁਸ਼ੀਰਾ ਅਹਦੁਹੁਮ ਬਿਲ ਉਨਸਾ ਜ਼ੱਲਾ ਵਜੂਹੁ ਮੁਸਵੱਦਨ ਵਹੁਵਾ ਕਜ਼ੀਮ। ਅੱਲਾ ਦੇ ਪਿਆਰੇ ਪੈਗੰਬਰ ਅਲੀ ਸਲਾਮ ਦੁਨੀਆ ਤੇ ਤਸ਼ਰੀਫ ਲਿਆਏ ਤੇ ਆਕਾ ਅਲੀ ਸਲਾਮ ਤੇ ਅੱਲਾ ਨੇ ਕੁਰਾਨ ਨਾਜ਼ਲ ਫਰਮਾਇਆ, ਇਹ ਜਿਹੜੇ ਲੋਕ ਮੇਰੇ ਆਕਾ ਤੋਂ ਪਹਿਲਾਂ ਜਿਨ੍ਹਾਂ ਦੇ ਬਾਰੇ ਕੁਰਾਨ ਆਉਂਦਾ, ਅੱਲਾ ਫਰਮਾਉਂਦੇ ਨੇ ਅੱਲਾ ਕਦ ਮਨ ਅੱਲਾਹੋ ਅਲਲ ਮੁਮਿਨੀਨ ਇਜ਼ ਬਾਸਾ ਫੀਹਿਮ ਰਸੂਲਮ ਮਿਨ ਅਨਫੁਸਿਹਿਮ ਯਤਲੂ ਅਲੈਹਿਮ ਆਯਾਤੀ ਵਾਯੁਜ਼ਕੀਮ ਵਾਯੁਅਲਮੁਹੁਮ ਅਲਕਿਤਾਬ ਵਲਹਿਕਮ ਬਸੂਰ ਵਾਲਿਆ ਵਇਨ ਕਾਨੂ ਇਹਨਾਂ ਦੇ ਬਾਰੇ ਕਿਹਾ ਵਇਨ ਕਾਨੂ ਮਿਲ ਕਬਲੋ ਲਫੀ ਜ਼ਲਾਲਿਮ ਮੁਬੀਨ ਜਿਹੜੇ ਖੁੱਲੀ ਗੁਮਰਾਈ ਦੇ ਅੰਦਰ ਤੇ ਕੁਰਾਨ ਕਹਿ ਰਿਹਾ, ਜ਼ਰਾ ਲਫ਼ਜ਼ਾਂ ਤੇ ਗੌਰ ਕਰਿਆ ਜੇ। ਫਰਮਾਇਆ ਵਾ ਇਜ਼ਾ ਬੁਸ਼ੀਰਾ ਅਹਦੁਹੁਮ ਬਿਲ ਉਨਸਾ, ਇੱਥੇ ਬੱਚੀ ਦੀ ਪੈਦਾਇਸ਼ ਦਾ ਟਵਕ ਗੱਲ ਨਹੀਂ ਜੇ। ਫਰਮਾਇਆ ਜਦੋਂ ਇਹਨਾਂ ਨੂੰ ਬੇਟੀ ਦੀ ਖੁਸ਼ਖਬਰੀ ਦਿੱਤੀ ਜਾਂਦੀ ਹੈ, ਪਤਾ ਲੱਗਾ ਬੇਟੀ ਹੁੰਦੀ ਹੈ ਤੇ ਅੱਲਾ ਦੀ ਤਰਫੋਂ ਖੁਸ਼ਖਬਰੀ ਹੈ, ਬੇਟੀ ਖੁਸ਼ਖਬਰੀ ਬਣ ਕੇ ਆਉਂਦੀ ਹੈ। ਤੇ ਕੁਰਾਨ ਨੇ ਦੂਸਰੇ ਮੁਕਾਮ ਤੇ ਫਰਮਾਇਆ, ਇੱਥੇ ਫਰਮਾਇਆ ਜਦੋਂ ਬੇਟੀ ਪੈਦਾ ਹੁੰਦੀ ਹੈ ਜ਼ੱਲਾ ਵਜੂਹੁ ਮੁਸਵੱਦਨ, ਇਹਨਾਂ ਦੇ ਚਿਹਰੇ ਸਿਆਹ ਹੋ ਜਾਂਦੇ ਨੇ, ਬੇਟੀ ਦੀ ਖਬਰ ਸੁਣਦੇ ਨੇ ਮਰਨ ਵਾਲੇ ਹੋ ਜਾਂਦੇ ਨੇ। ਤੇ ਅੱਲਾ ਫਰਮਾਉਂਦੇ ਨੇ ਲਿਲਾਹਿ ਮੁਲਕੁ ਸਮਾਵਾਤਿ ਵਲ ਅਰਜ਼ ਯਖਲੁਕੁ ਮਾ ਯਸ਼ਾਉ ਯਹਬੁ ਲਿਮਨ ਯਸ਼ਾਉ ਇਨਾਸਾ ਵਯਹਬੁ ਲਿਮਨ ਯਸ਼ਾਉ ਜ਼ੁਕੂਰ ਔ ਯੁਜ਼ਵਿਜੁਹੁਮ ਜ਼ੁਕਰਾਨਾ ਵਇਨਾਸਾ ਵਯਜਅਲੁ ਮਨ ਯਸ਼ਾਉ ਹਕੀਮਾ ਇਨਹੁ ਅਲੀਮੁਨ ਕਦੀਰ।
ترجمہ سنیا جائے ترجمہ اللہ فرماندے نے للہ ملک السماوات والارض زمین آسمان دا مالک بولو کون ہے اچھی بولو جی ایمان ہے کون ہے بابا جی بھائی جو اٹھیا نا تھا چھاتے جو سنو ذرا زمین آسمان دا بولو مالک کون ہے سارے بولو یار